ਸਾਹਿਬ ਚੌਧਰ ਦਾ ਜਿੱਥੇ ਤਿਆਗ ਹੈ ਨਾ ਸੰਸਾਰੀ ਚੌਧਰ ਦਾ, ਉਦੋਂ ਗਾਹਾਂ ਗੁਰੂ ਦੀ ਮਹੱਤਤਾ ਸਿੱਖੀ ਹੈ। ਆਪਣ ਕੋ ਜੋ ਜਾਣੇ ਉੱਚਾ ਸੋਈ ਗਣੀਏ ਸਭ ਤੋਂ ਨੀਚਾ, ਉਹ ਤਾਂ ਸਭ ਤੋਂ ਨੀਚ ਹੈ ਜਿਹੜਾ ਕਹਿੰਦਾ ਮੈਨੂੰ ਬੁਲਾਓ, ਮੈਨੂੰ ਵੋਟ ਦਿਓ, ਮੇਰੀ ਕੌਮ ਹੈ ਫਲਾਣਾ, ਉਹ ਤਾਂ ਨੀਚ ਹੈ। ਗੁਰਬਾਣੀ ਤਾਂ ਉਹਨੂੰ ਨੀਚ ਮੰਨਦੀ ਹੈ। ਅਸੀਂ ਉਹ ਆਪਣੇ ਆਪ ਨੂੰ ਕੀ ਮੰਨਦਾ, ਉਹਦੇ ਬੰਦੇ ਕੀ ਮੰਨਦੇ ਨੇ, ਉਹ ਗੱਲ ਅਲੱਗ ਹੈ। ਬੰਦੇ ਤਾਂ ਸ੍ਰੀ ਚੰਦ ਨੂੰ ਵੀ ਤੇਰੇ ਕੋਲ ਮੰਨਦੇ ਨੇ, ਹੁਣ ਤੱਕ ਮੰਨਦੇ ਨਹੀਂ। ਬੰਦੇ ਤਾਂ ਰਾਮ ਰਾਏ ਨੂੰ ਵੀ ਬਥੇਰਾ ਮੰਨਦੇ ਨੇ, ਉਹਨਾਂ ਬਥੇਰੇ ਨੇ ਗੁਰਦੁਆਰੇ, ਕਿੰਨੇ ਨੇ ਅੱਜ ਇਹਨਾਂ ਦੇ, ਕਿੰਨੇ ਗੁਰਦੁਆਰੇ ਉਦਾਸੀਆਂ ਦੇ, ਕਿੰਨੇ ਨੇ ਨਿਰਮਲੇ, ਕਿੰਨੇ ਨੇ। ਕਰਮ ਕੀ ਕੀਤੇ ਨੇ, ਪਿਛਲੇ ਕਰਮ ਲੈ ਕੇ ਬੈਠੇ ਇਹਨਾਂ ਨੂੰ ਉਦਾਸੀਆਂ ਨੂੰ, ਛੱਡ ਕੇ ਭੱਜ ਗਏ ਤੇ ਭਗਾਣੀ ਦੀ ਜੰਗ 'ਚ, ਉਹ ਲੈ ਕੇ ਬੈਠੇ ਨੇ। ਨਿਰਵਿਨਾ ਨੂੰ ਵੀ ਜੋ ਉਹਨਾਂ ਨੇ ਕੀਤਾ, ਜੋ ਅਰਥਾਂ ਦੇ ਖੈਰ ਨਿਰਵਿਨ ਤਾਂ ਮਾਫ਼ੀ ਮੰਗੇ, ਉਹ ਤਾਂ ਕਹਿੰਦੇ ਨੇ ਅਸੀਂ ਪ੍ਰਚਾਰ ਕਰਾਂਗੇ, ਸਾਨੂੰ ਤਾਂ ਜਿਹੋ ਜਿਹੇ ਪ੍ਰਚਾਰ ਸੀਗਾ ਸਾਡੇ ਕੋਲ, ਅਸੀਂ ਕਰਤਾ, ਸਾਡੀ ਤਾਂ ਬੁੱਧੀ ਇੰਨੀ ਹੋ ਸੀ ਹਰਿਦੁਆਰ ਵਾਲੇ, ਅੱਜ ਇੰਨੇ ਜਾਠ ਨੇ ਹੋਰ ਨੇ, ਮਹਾਂ ਪ੍ਰਚਾਰ ਕਰੋ, ਪਾਇਆ ਹੋਇਆ ਬੈਠ ਕੇ ਵਿਚਾਰ ਲੈਂਦੇ ਹਾਂ, ਜਿਹੜੀ ਗੱਲ ਸਹੀ ਆਓ ਬੋਲੀ ਜਾਓ, ਪਾਈ ਹੋਈ ਹੈ ਇੰਟਰਨੈਟ 'ਤੇ। ਉਦਾਸੀ ਵੀ ਤਿਆਰ ਨੇ ਵੀ ਅਸੀਂ ਕਰਨ ਨੂੰ ਤਿਆਰ ਹਾਂ, ਸਾਡੇ ਕੋਲ ਤਾਂ ਹੈਗਾ ਸਟਾਫ ਕੰਮ ਕਰਨ ਵਾਲਾ, ਰਾਮ ਰਈਏ ਵੀ ਹੈਗੇ ਨੇ, ਉਹ ਮਾਫ਼ੀ ਮੰਗਦੇ ਨੇ ਵੀ ਅਸੀਂ ਤਾਂ ਆਉਣ ਨੂੰ ਤਿਆਰ ਹਾਂ, ਮੇਨ ਲਾਈਨ 'ਚ ਆਓ। ਮਗਾ ਮੇਨ ਲਾਈਨ ਵਾਲੇ ਭਾਈ ਥੱਕ ਗਏ, ਜਿਹੜੇ ਸੀ ਨਾ ਪਹਿਲਾਂ ਸਿੱਖ ਆਪਣੇ ਆਪ ਨੂੰ ਕਹਾਉਂਦੇ ਹੀ ਤਾਂ ਸਿੱਖ ਥੇ ਨਹੀਂ, ਉਹ ਜਿਹੜੇ ਥੇ ਉਹ ਤਾਂ ਚੁੱਪ ਕੀਤੇ ਹੋਏ, ਜਿਹੜੇ ਕਹਾਉਂਦੇ ਤੇ ਕਹਾਉਂਦੇ ਕੀ ਸੀ, ਸਿੱਖ ਗੁਰਦੁਆਰਾ, ਸਿੱਖ ਗੁਰਦੁਆਰਾ ਐਕਟ ਹੈ, ਗੁਰਸਿੱਖ ਨਹੀਂ ਕਹਾਉਂਦੇ ਸੀ, ਸਿੱਖ ਕਹਾਉਂਦੇ ਤੇ। ਕਿਉਂ, ਕੋਈ ਸ੍ਰੀ ਚੰਦ ਦਾ ਸਿੱਖ ਸੀ, ਕੋਈ ਕਿਸੇ ਸੰਤ ਦਾ ਜੁੜਿਆ, ਕੋਈ ਕਿਸੇ ਸੰਤ ਨਾਲ, ਕੋਈ ਕਿਸੇ ਸੰਤ ਨਾਲ, ਇਹ ਸਾਰਾ ਭਾਨਵਤੀ ਦਾ ਕੌੜਮਾ ਇਕੱਠਾ ਹੋਇਆ ਸੀ। ਕਹੀਂ ਕੀਟ ਕਹੀਂ ਘਰ ਰੋੜਾ, ਭਾਨਵਤੀ ਨੇ ਕੁਨਵਾ ਜੋੜਾ, ਉਹ ਕੁਨਵਾ ਜੋੜਿਆ ਸੀ ਭਾਨਵਤੀ ਨੇ। ਭਾਨਵਤੀ ਕੌਣ ਸੀ, ਪਾਣੀਮਤੀ ਦੀਆਂ ਭਾਈ ਗੁਰਦਾਸ ਦੀਆਂ 12, ਉਹੜੀ 12 ਵਾਲੀ ਮੱਤ ਹੈ ਨਾ, ਭਾਈ ਗੁਰਦਾਸ ਨੇ 12 ਜੋ ਮੱਤ ਦੱਸੀ ਹੈ ਉਹ ਭਾਨਵਤੀ ਹੈ, ਉਹਨੇ ਇਕੱਠੇ ਕੀਤੇ ਤੇ। ਉੱਥੇ ਗੁਰੂ ਨਾਨਕ 2 ਨੇ, ਇੱਕ ਤਾਂ ਰੇ ਤੱਕ ਆ ਹਰ ਘਰ ਉਦਾਸੀਆਂ ਵਾਲਾ, ਇੱਕ ਸਤਿਗੁਰ ਨਾਨਕ ਪ੍ਰਗਟਿਆ ਮਿੰਡੀ ਧੁੰਦ, ਇੱਕ ਡਰੈਕਟ ਇੱਕ ਜੋਤ ਸਰੂਪ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੰਡੀ ਧੁੰਦ ਜਾਂ ਚਾਨਣ, ਉਹ ਇੱਕ ਤਾਂ ਉਹ ਹੈ, ਚਾਨਣ ਹੋ ਗਿਆ, ਜੰਮਦਾ ਹੀ ਉਹ ਨਿਰੰਕਾਰ ਹੈ, ਕਹਿੰਦੇ ਨੇ ਨਾਨਕ ਨਿਰੰਕਾਰ ਹੈ, ਉਹ ਸੰਤ ਕਹਿੰਦੇ ਨੇ, ਉਹ ਕਹਿੰਦੇ ਨੇ ਨਹੀਂ, ਉਹਨੇ ਰੇ ਤੱਕ ਆ ਹਰ ਕੀਤੇ, ਉਹ ਦੋਹਾਂ ਦੀ ਲੜਾਈ ਸੀ ਇਹ। ਜਿਹੜੇ ਨਿਰਮਲੇ ਨੇ ਇਹ ਦੋਹਾਂ ਦੀ ਮੱਤ ਲੈ ਕੇ ਚੱਲਦੇ ਸੀ, ਕੰਪਰੋਮਾਈਜ਼ ਸੀ ਇੱਥੇ, ਕੁਛ ਗੁਰਮਤ ਰੱਖੀ ਕੁਛ ਉਹ ਰੱਖ ਲਈ ਸ੍ਰੀ ਚੰਦ ਵਾਲੀ, ਵੀ ਭਾਈ ਗੁਰਦਾਸ ਦੀਆਂ 12 ਨੂੰ ਕੁੰਜੀ ਮੰਨ ਕੇ ਅਰਥ ਕਰਦੇ ਨੇ ਗੁਰਬਾਣੀ ਦੇ, ਤਾਂ ਹੀ ਬੇਟਾ ਹੁੰਦਾ ਤਾਂ ਕੰਮ ਦੋਏ ਖੁਸ਼ ਕਰਨੇ ਤੇ, ਸਾਨੂੰ ਪਤਾ ਹੀ ਸੀ ਇਹ ਗੱਲ ਦਾ ਵੀ ਕੀ ਹੈ। ਫਿਰ ਇਹਨਾਂ ਦਾ ਸੀ ਵੀ ਕਬਜ਼ਾ ਅਸੀਂ ਕਰਨਾ ਅਕਾਲ ਤਖ਼ਤ 'ਤੇ, ਪ੍ਰਚਾਰ ਕਰਨਾ ਅਸੀਂ ਆਪਣੀ ਮੱਤ ਦਾ, ਇੱਧਰ ਇਹ ਕਹਿੰਦੇ ਤੇ ਅਸੀਂ ਕਰਨਾ ਆਪਣੀ ਮੱਤ ਦਾ। ਨਿਰਮਲੇ ਸੰਤ ਸੀ, ਇਹ ਬਾਬੂ ਸੀ, ਬਾਬੂ ਕਹਿੰਦੇ ਬਈ ਆਪਾਂ ਨੇ ਗੁਰਦੁਆਰੇ ਖੋਲ੍ਹੋ, ਇਹਨਾਂ 'ਤੇ ਪੈਸਾ ਸਾਡੇ ਕੋਲ ਆਵੇ, ਪੜ੍ਹੇ ਲਿਖੇ ਬਾਬੂ ਤੇ ਜਿਹੜੇ ਬਈ ਇਹ ਖੋ ਕੇ ਉਹਨਾਂ ਨੇ ਸੰਤ ਬਣਾਏ ਨੇ ਅੰਗਰੇਜ਼ਾਂ ਨੇ, ਮਾਲਾ ਵਾਲੇ ਚਿੱਟੇ ਕੱਪੜਿਆਂ ਵਾਲੇ ਨਿਰਮਲਿਆਂ ਦੇ ਮੁਕਾਬਲੇ 'ਚ,
ਉਹ ਬਣਾ ਲਏ ਇਹਨਾਂ ਨੇ, ਇਹ ਇਕੱਠੇ ਹੋ ਗਏ ਦੋਏ ਬਈ। ਜਿਹੜਾ ਗੋਲਕ 'ਤੇ ਕਬਜ਼ਾ ਕੀਤਾ ਹੋਵੇ, ਜੇ ਤਾਂ ਨਿਰਵਿਣਾ ਦਾ ਕਬਜ਼ਾ ਹੁੰਦਾ ਫਿਰ ਤਾਂ ਹਿੰਦੂਆਂ ਦਾ ਕਬਜ਼ਾ ਹੋ ਗਿਆ, ਫਿਰ ਤਾਂ ਕੋਈ ਰੌਲਾ ਹੀ ਨਹੀਂ ਸੀ। ਅੱਗੇ ਕਬੀਰ ਦੇ ਉੱਥੇ ਹਿੰਦੂਆਂ ਦਾ ਕਬਜ਼ਾ ਹੈ ਨਹੀਂ, ਕੋਈ ਝਗੜਾ ਨਹੀਂ। ਝਗੜਾ ਜਦ ਹੋਇਆ ਜਦ ਨਾਲ ਖਾਲਸਾ ਆ ਗਿਆ, ਉਹ ਮੰਨਦਾ ਹੀ ਨਹੀਂ ਮੂਰਤੀ ਪੂਜਾ ਨੂੰ, ਉੱਥੇ ਆ ਕੇ ਪ੍ਰੋਬਲਮ ਹੁੰਦੀ ਹੈ। ਹੁਣ ਪਿੰਡਾਂ ਵਾਲਿਆਂ ਨੇ ਫਿਰ ਅੰਮ੍ਰਿਤ ਛਕਿਆ, ਇਹਨਾਂ 'ਚ ਨਰਮਿਆਂ 'ਚ ਕਹਿੰਦੇ ਅੰਮ੍ਰਿਤ ਨਹੀਂ ਛਕਿਆ ਤਾਂ ਸਾਥ ਹੈ। ਫਿਰ ਉਹਨਾਂ ਨੇ ਸਕੀਮ ਬਣਾਈ, ਉਹ ਵੀ ਅੰਮ੍ਰਿਤ ਛਕ ਲਈਏ, ਬਾਣਾ ਪਾ ਲਿਆ। ਜਦ ਉਹਨੂੰ ਕਿਹਾ ਮੱਤ ਛੱਡ, ਚਰਚਾ ਕੀਤੀ ਸਾਡੇ ਸਿੰਘਾਂ ਨੇ, ਮੱਤ ਉਹ ਛੱਡੇ ਨਾ, ਉਹਨੇ ਕਿਹਾ ਬਈ ਬਾਣਾ ਲਾ ਦੇ। ਜਦ ਤੂੰ ਨਿਹੰਗ ਸਿੰਘ ਬਣ ਗਿਆ ਫਿਰ ਮੱਤ ਸਾਡੇ ਵਾਲੀ ਚੱਲੂਗੀ, ਖਾਲਸੇ ਵਾਲੀ। ਉਹ ਮੈਂ ਨਾ ਮੰਨੂ, ਇਹ ਨਹੀਂ ਮੈਂ ਮੰਨਦਾ, ਨਹੀਂ ਮੰਨਦਾ ਬਾਣਾ ਲਾ ਦੇ। ਉਹਨੇ ਬਾਣਾ ਲਾ ਦਿੱਤਾ, ਫਲਾ ਹੀ ਬਤਾਇਆ, ਅਸਲ ਦੂਆ ਬਾਣਾ ਨਹੀਂ ਅਸੀਂ ਲਾ ਸਕਦੇ, ਫਲਾ ਲਾ, ਫਲਾ ਦੇ ਦਿੱਤਾ, ਲੈ ਲਿਆ ਉਹਨੇ। ਫਲੇ ਵਾਲਾ ਹੀ ਮੰਨਿਆ ਜਾਂਦਾ ਲੀਡਰ, ਦੂਆ ਨਹੀਂ ਮੰਨਿਆ ਜਾਂਦਾ। ਦੂਆ ਮੁਸਲਮਾਨ ਦਾ ਦਮਾਲਾ ਵੀ ਇਹੀ ਹੈ, ਇਹ ਪਹਿਲਾਂ ਕਹਿੰਦੇ ਫਲ, ਉਹਨੇ ਫਲਾ ਵਧਾ ਦਿੱਤਾ। ਇਕੱਲੇ ਨਹੀਂ, ਇਹ ਨਹੀਂ ਕਿਹਾ ਵੀ ਤੁਸੀਂ ਭਾਈ ਜਿਨ੍ਹਾਂ ਨੇ ਮੈਨੂੰ ਦਿੱਤਾ ਤੁਸੀਂ ਵਧਾਓ। ਬਹੁਤ ਕ੍ਰੋਧੀ ਗੁੱਸੇ ਵਾਲਾ ਸੀ, ਵਧਾ ਦਿੱਤਾ, ਚੋਲਾ ਵੀ ਲਾ ਦਿੱਤਾ, ਕਲੀਆਂ ਵਾਲਾ ਕਮੀਜ਼ ਪਾਉਣ ਲੱਗ ਗਿਆ। ਠੀਕ ਹੈ, ਪਰ ਉਹ ਐਂ ਕਹਿੰਦਾ ਵੀ ਇੱਕ ਦਿਨ ਮੈਂ ਆਪਣੀ ਮੱਤ, ਆਪਣੀ ਮੱਤ ਅਕਾਲ ਤਖ਼ਤ 'ਤੇ ਚਲਾਉਣੀ ਹੈ। ਉਹਦੀ ਕਹਾ ਹੁਣ ਕਿਹੜਾ ਸਾਡੀ ਚੱਲਦੀ ਹੈ, ਹੁਣ ਕਿਹੜਾ ਸਾਡੀ ਚੱਲਦੀ ਹੈ, ਤੇਰਾ ਰੌਲਾ ਮਿਸ਼ਨਰੀ ਵਾਲਿਆਂ ਨਾਲ, ਸਾਡੇ ਤਾਂ ਹੀ ਨਹੀਂ। ਸਾਨੂੰ ਤਾਂ ਦੋ ਇੱਕੋ ਜਿਹੇ ਹੋ, ਮਿਸ਼ਨਰੀ ਵੀ ਹੋਏ ਜੇ ਨੇ, ਤੁਸੀਂ ਵੀ ਹੋਏ ਜੇ ਹੋ, ਤੁਹਾਡਾ ਕੰਪਰੋਮਾਈਜ਼ ਹੈ, ਕੋਈ ਤੁਹਾਡੇ ਮਤਭੇਦ ਵੀ ਨੇ, ਕੰਪਰੋਮਾਈਜ਼ ਤਾਂ ਹੀ ਹੁੰਦਾ ਮਤਭੇਦ ਹੋਣ। ਤੁਸੀਂ ਜਿਹਨੇ ਭਾਈ ਲੈਣਾ ਲੈ ਲਓ ਚੜਾਵਾ, ਸਾਨੂੰ ਤਾਂ ਲੋੜ ਹੈ ਨਹੀਂ। ਬਾਬਾ ਚੇਤ ਸਿੰਘ ਕਹਿੰਦਾ ਵੀ ਆਪਾਂ ਨੂੰ ਤਾਂ ਲੋੜ ਹੈ ਨਹੀਂ, ਪਰ ਸੰਤਾ ਸਿੰਘ ਅੰਦਰੋਂ ਨਹੀਂ ਸੀ ਚਾਹੁੰਦਾ, ਇਹ ਨਹੀਂ ਸੀ ਚਾਹੁੰਦਾ ਅੰਦਰੋਂ। ਉਹ ਇਸ ਗੱਲੋਂ ਸਾਡੇ ਨਾਲ ਔਖਾ ਤੇ ਵੀ ਹਾਂ ਹਾਂ, ਜਦ ਸਾਨੂੰ ਅਕਾਲ ਤਖ਼ਤ ਦੇ ਰਿਹਾ ਸੀ ਕੈਰੋਂ, ਕੈਰੋਂ ਕਹਿੰਦਾ ਤੁਸੀਂ ਕਬਜ਼ਾ ਕਰ ਲਓ, ਤੁਸੀਂ ਦੋਹਾਂ 'ਚੋਂ ਵਧੀਆ ਹੋ, ਅਸੀਂ ਕਾਸੀ ਕਬਜ਼ਾ ਕਰਨਾ ਨਹੀਂ, ਕਿਉਂ ਸੰਗਤ ਇਹਨਾਂ ਦੇ ਨਾਲ ਦੀ ਹੈ, ਸੰਗਤ ਨੂੰ ਗੁਰਮਤ ਦੀ ਲੋੜ ਨਹੀਂ ਹੈ। ਅਤੇ ਸਾਡੇ ਨਾਲ ਅਸੀਂ ਜੋ ਗੱਲ ਕਹਿਣੀ ਹੈ ਗੁਰਮਤ ਦੀ, ਸੰਗਤ ਨੇ ਨਹੀਂ ਮੰਨਣੀ ਸਾਡੀ, ਕਿਉਂ ਗੁਰੂ ਦੀ ਨਹੀਂ ਮੰਨੀ, ਇਹ ਉਹੀ ਸੰਗਤ ਹੈ ਜਿਹਨੂੰ ਗੁਰੂ ਦੀ ਨਹੀਂ ਮੰਨੀ, ਸਾਡੇ ਵਿਰੋਧ ਹੋ ਜੂਗੀ। ਹੁਣ ਤਾਂ ਮਾੜੀ ਮੋਟੀ ਇੱਜ਼ਤ ਕਰਦੇ ਨੇ ਜੇ ਅਸੀਂ ਚੁੱਪ ਹਾਂ, ਜੇ ਅਸੀਂ ਬੋਲਣ ਲੱਗ ਗਏ ਸਾਡੇ ਵਿਰੁੱਧ ਹੋ ਜਾਣਗੇ। ਚਲੋ ਅੱਧੀ ਪਚੰਦੀ ਜਿੰਨੀ ਸਿੱਖੀ ਇਹਨੂੰ ਹੈ, ਇੱਕ ਵਾਰ ਇਹ ਤਾਂ ਹੋ ਜਾਏ ਅਸੀਂ ਸਿੱਖ ਹਾਂ ਬੰਨਣ ਲੱਗ ਜਾਣ, 100 ਕੁ ਸਾਲ ਦੇ ਵਿੱਚ ਅਸੀਂ ਸਿੱਖਾਂ ਜਦ ਇਹਨੇ ਕਹਿ ਤਾਂ ਮੁੜ ਕੇ ਇਹ ਨਹੀਂ ਮੰਨਦੇ ਵੀ ਅਸੀਂ ਸਿੱਖ ਨਹੀਂ, ਪਿੱਛੇ ਨੂੰ ਨਹੀਂ ਮੁੜ ਸਕਦੇ, ਉੱਥੇ ਆ ਕੇ ਫਸ ਗਏ ਹੋਣੇ। ਸਿੱਖੀ ਵੱਲ ਨੂੰ ਜਾ ਨਹੀਂ ਸਕਦੇ, ਹਿੰਦੂ ਕਹਾ ਨਹੀਂ ਸਕਦੇ, ਇੱਥੇ ਵਧਾਏ ਨੇ ਅਸੀਂ। ਜੇ ਗੋਲਕਰ ਨਾ ਇਹਨਾਂ ਨੂੰ ਛੱਡਦੇ ਕਦੇ ਨਹੀਂ ਫਸਦੇ। ਸੀਰਾ ਖਾਂਦੀਆਂ ਦੀਆਂ ਮੱਖੀਆਂ, ਅਤੇ ਅਸੀਂ ਕਿਹਾ ਖਾਓ ਸੀਰਾ ਛੱਡ ਕੇ, ਅਸੀਂ ਤਾਂ ਸੀਰਾ ਸੰਗਤ ਨੇ ਡੋਲਿਆ ਤਾਂ ਅਸੀਂ ਤਾਂ ਡੋਲਿਆ ਵੀ ਨਹੀਂ, ਇਹਨਾਂ ਨੇ ਆਪ ਇਹ ਸਾਰਾ ਟਕਵੰਜ ਬਣਾਇਆ। ਜਿਵੇਂ ਪਰਮੇਸ਼ਰ ਨੇ ਮੱਤ ਦਿੱਤੀ ਇਹਨਾਂ ਨੂੰ ਉਵੇਂ ਇਹਨਾਂ ਨੇ ਕਰ ਲਿਆ, ਗੁਰਦੁਆਰੇ ਬਣਾਏ। ਸਾਨੂੰ ਪਤਾ ਤੇ ਵੀ ਹੁਣ ਇਹਨਾਂ ਦੀ ਪੁੱਠੀ ਮੱਤ ਹੋਊਗੀ, ਪਰਮੇਸ਼ਰ ਨੇ ਸ਼ਹੀਦੀ ਪੈ ਰਹੇ ਨੇ ਅਤੇ ਚਾਬੀ ਚਾੜ੍ਹਤੀ। ਜਿੱਦਣ ਇਹਨਾਂ ਨੇ ਗੁਰਦੁਆਰੇ ਖੋਲ੍ਹੇ ਮਹੰਤਾਂ ਤੋਂ, ਖਾਲਸੇ ਨੇ ਸਾਥ ਨਹੀਂ ਦਿੱਤਾ ਇਹਨਾਂ ਦਾ, ਉਹ ਦਿਗੜਾ ਗੁਰਦੁਆਰੇ ਲੈਣੇ 'ਤੇ ਇਹਨਾਂ ਨੂੰ ਅਸੀਂ ਜਾਣਦੇ ਨਹੀਂ ਸੀ ਵੀ ਕੀ ਨੇ
ਕਿਉਂ ਲੈਂਦੇ ਨੇ। ਅਸੀਂ ਕਿਹਾ ਚੱਲ ਠੀਕ ਹੈ ਲੈ ਲਓ, ਪਰ ਅਸੀਂ ਆਪਣੇ ਤੁਹਾਡੀ ਮਦਦ, ਅਸੀਂ ਭਾਗੀਦਾਰ ਨਹੀਂ ਹੋਣਾ ਇਸ ਗੱਲ ਦਾ ਵੀ ਅਸੀਂ ਗੁਰਦੁਆਰੇ ਤੁਹਾਨੂੰ ਦਿੱਤੇ, ਕਿਉਂ ਕੱਲ੍ਹ ਨੂੰ ਜੋ ਤੁਸੀਂ ਕਰਨਾ ਉਹ ਸਾਨੂੰ ਪਤਾ, ਉਹ 'ਚ ਅਸੀਂ ਹਿੱਸੇਦਾਰ ਨਹੀਂ ਬਣਨਾ। ਇਹਨਾਂ ਨੇ ਮੋਰਚੇ ਮਾਰਚੇ ਲਾਏ ਗੁਰਦੁਆਰੇ 'ਚ, ਅਸੀਂ ਇਹਨਾਂ ਦੀ ਮਦਦ ਕਰਤੀ, ਚਾਬੀਆਂ ਚੁਬੀਆਂ ਦਵਾਤੀਆਂ ਜੋ ਕੁਛ ਸੀ। ਉਹਦੇ ਬਾਅਦ ਅਖਰਬਾਨਾ ਵਾਲਾ ਅੰਮ੍ਰਿਤ ਛਕਾਉਣ ਲੱਗ ਗਏ, ਪਹਿਲਾਂ ਹੁੰਦਾ ਹੀ ਨਹੀਂ ਸੀ, ਦਸਣ ਪਹਿਲਾਂ ਕਿੱਥੇ ਹੁੰਦਾ ਸੀ।